ਕਿਵੇਂ ਸੀ ਹਾਲ ਚਾਲ? ਹੋਪ ਕਰਦਾ ਸਾਰੇ ਵਧੀਆ ਹੋਣਗੇ ਯਾਰ। ਮੈਂ ਵੀ ਬਹੁਤ ਵਧੀਆ ਹੋਇਆ ਅਤੇ ਅੱਜ ਦਾ ਪਲੈਨ ਕੁਛ ਬਹੁਤ ਖਾਸ ਹੋ ਰਿਹਾ ਵਾ, ਕਿਉਂਕਿ ਯਾਰ ਪਹਿਲਾਂ ਤਾਂ ਆਪਾਂ ਜਾਣਾ ਗਾ ਫਿਰੋਜ਼ਪੁਰ, ਕਿਉਂਕਿ ਫਰੈਂਡ ਦਾ ਹੈਗਾ ਪੇਪਰ ਉੱਥੇ, ਪੇਪਰ ਦਵਾ ਕੇ ਅਤੇ ਫਿਰ ਚੱਲਦੇ ਹਾਂ ਆਪਾਂ ਸ਼ਹਿਰ 'ਚ ਵਾਪਸ ਆ ਕੇ, ਕਿ ਟੰਗ ਲਵਾਂਗੇ ਵੱਡਾ ਜਿਹੜਾ 6 ਫੁੱਟ ਦਾ। ਅਤੇ ਬਾਕੀ ਹੋਪ ਕਰਦਾ ਤੁਸੀਂ ਅੱਗੇ ਸਾਰਾ ਵਲੋਗ ਵੇਖੋਗੇ ਅਤੇ ਵਲੋਗ ਨੂੰ ਸਕਿੱਪ ਨਾ ਕਰਿਓ, ਕਿਉਂਕਿ ਵਲੋਗ ਬੜਾ ਮਜ਼ੇਦਾਰ ਹੋਊਗਾ। ਅਤੇ ਜਾ ਕੇ ਜਾਂਦੇ ਹਾਂ ਫਿਰ ਫਿਰੋਜ਼ਪੁਰ, ਵੇਖਦੇ ਹਾਂ ਕੀ ਬਣਦਾ ਗਾ ਅਤੇ ਮਿਲਦੇ ਹਾਂ। ਪੇਪਰ ਵੀ ਪਹੁੰਚ ਗਏ, ਹੋਰ ਆਨੰਦ ਵੀ ਪਹੁੰਚ ਗਏ, ਪਹੁੰਚ ਗਏ ਸੀਗੇ। ਅਤੇ ਜਿੱਦਣ ਵੀ ਮੈਂ ਭੇਜਤਾ ਹੋਇਆ ਗਾ ਸਪੀਕਿੰਗ ਵਾਸਤੇ, ਅਤੇ ਮੈਂ ਬੈਠਾ ਹੋਇਆ ਹੋਲ 'ਚ, ਅਤੇ ਇਹ ਸੀਗਾ ਹੋਟਲ ਆਨੰਦ ਤੁਸੀਂ ਵੇਖਿਆ ਹੋਣਾ। ਅਤੇ ਬਾਕੀ ਯਾਰ ਤੁਹਾਨੂੰ ਹੋਟਲ ਆਨੰਦ ਦਿਖਾਉਣਾ ਮੈਂ। ਕੋਈ ਨਾ, ਹੁਣ ਨਤੀਜੀ ਨੂੰ ਫਿਰ ਆਵਾਂਗੇ ਯਾਰ, ਜਦੋਂ ਰਿਟਰਨ ਪੇਪਰ ਹੋਇਆ ਤਾਂ ਮੈਂ ਹੀ ਲਾਊਂਗਾ ਨਾਲ ਦੀ। ਅਤੇ ਬਾਕੀ ਯਾਰ ਰੋਕ ਕਰੋ ਵਧੀਆ ਆ ਬੈਠ ਰਹਿਣ, ਚੱਲਦੇ ਆ ਫਿਰ ਹੁਣ ਕੋਈ ਪਿੰਕੋਡ ਜਾਂਦੇ ਤਾਂ ਉੱਥੇ ਖਾਣੇ ਪੀਣੇ ਕੋਈ ਕੁਛ। ਅਤੇ ਨਾਲ ਯਾਰ ਮੈਂ ਵਾਅਦਾ ਕੀਤਾ ਸੀਗਾ ਕਿ ਪਤੰਗ ਲੈ ਕੇ ਆਵਾਂਗੇ, ਅਤੇ ਪਤੰਗ ਵੀ ਲੈ ਕੇ ਆਵਾਂਗੇ। ਕਿੰਨੇ ਦਾ ਗਲਾਸ ਵੀਰੇ? 30-30 ਵਾਲੇ ਦੋ ਕਰਦੇ ਆ। ਠੀਕ ਆ, ਦੇਖੋ ਯਾਰ ਕਿੰਨੇ ਟੰਗ ਪਏ, ਛੋਟੇ ਵੀ ਲੈਣੇ ਲੈ ਕੇ ਆਈ ਯਾਰ। ਉਹ ਇੱਧਰ ਦੀ, ਇੱਧਰ ਦੀ, ਮਗਰ ਦੀ, ਮਗਰ ਦੀ ਗੱਡੀ ਮੰਗਾਈ ਪਤੰਗ ਵਾਸਤੇ। ਚੱਲ ਸਿੱਧਾ ਦੂਜੂ ਖੜਾ ਕਰ ਦੇ, ਤਾਂ ਰੱਖ ਲਾ, ਐ ਰੱਖ ਲਾ, ਜਾਊਗਾ ਦੂਜੇ ਛੋਟੇ ਰੱਖ ਲੈ।